ਤੁਹਾਡੀ ਇਸ ਨੀਵੀਂ ਮਾਨਸਿਕਤਾ ਕਰਕੇ ਹੀ ਗੁਰੂ ਨਾਨਕ ਮੋਦੀਖਾਨੇ ਦਾ ਨਾਮ ਵੀ ਸਮੁੱਚੇ ਸੰਸਾਰ ਵਿੱਚ ਅੱਜ ਬਦਨਾਮ ਹੋ ਰਿਹਾ। ਤੁਹਾਡੇ ਵੱਲੋਂ ਇੱਥੇ ਹਵਾਲਾ ਦਿੱਤਾ ਗਿਆ ਵੀ ਮੈਂ ਫੇਸਬੁੱਕ ਤੋਂ ਯੂਟਿਊਬ ਤੋਂ ਇਹ ਚੀਜ਼ਾਂ ਦੇਖੀਆਂ ਨੇ, ਤੁਸੀਂ ਦਿਖਾਓ ਕਿਹੜੀ ਯੂਟਿਊਬ 'ਤੇ ਇਹ ਗੱਲ ਕਹੀ ਗਈ ਆ ਵੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਸੀਤਾ ਮਾਤਾ 'ਤੇ ਸ਼ੱਕ ਕਰਦੇ ਸੀ। ਸਿੱਖ ਵੈਲਫੇਅਰ ਕੌਂਸਲ ਜਿਹੜੀ ਇੱਕ ਐਨ ਜੀ ਓ ਸੀ, ਅਸੀਂ ਵੀ ਉਸ ਐਨ ਜੀ ਓ ਦਾ ਮੈਂਬਰ ਜਾਂ ਉਸ ਐਨ ਜੀ ਓ ਦਾ ਹਿੱਸਾ ਰਹਿ ਚੁੱਕੇ ਹਾਂ। ਤੁਹਾਨੂੰ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਆ, ਇੱਦਾਂ ਦੀ ਕੋਈ ਵੀ ਹੋਛੀ ਹਰਕਤ ਆ ਜਿਹੜੀ ਤੁਸੀਂ ਆਪਣੀ ਪਰਸਨਲ ਆਈ ਡੀ ਤੋਂ ਕਰਿਆ ਕਰੋ। ਕਿ ਇਹੋ ਜਿਹੜੇ ਵਿਚਾਰ ਤੁਸੀਂ ਰੱਖ ਰਹੇ ਹੋ ਦੂਸਰੇ ਧਰਮ ਦੇ ਬਾਰੇ, ਇਹ ਆਪਣੀ ਆਈ ਡੀ ਤੋਂ ਦਿਆ ਕਰੋ, ਸਿੱਖ ਵੈਲਫੇਅਰ ਕੌਂਸਲ ਦੇ ਪੇਜ ਤੋਂ ਨਾ ਦਿਆ ਕਰੋ। ਅੱਜ ਤਾਂ ਤੁਸੀਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਉੱਤੇ ਵੀ ਗਲਤ ਟਿੱਪਣੀ ਕਰ ਦਿੱਤੀ ਹੈ, ਕਿਉਂ ਸਮਾਜ ਵਿੱਚ ਪਾੜ ਪਾਉਂਦੇ ਹੋ, ਐਸੀਆਂ ਟਿੱਪਣੀਆਂ ਕਿਉਂ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਸੰਗਤ ਜੀ, ਆਪ ਜੀ ਅੱਗੇ ਜੋ ਗੁਰੂ ਨਾਨਕ ਮੋਦੀਖਾਨੇ ਦੇ ਮੋਢੀ ਸਰਦਾਰ ਬਲਜਿੰਦਰ ਸਿੰਘ ਜਿੰਦੂ ਬਾਰੇ ਜੋ ਸਵਾਲ ਅਸੀਂ ਰੱਖੇ ਸੀਗੇ ਵੀਰਾ ਜੀ, ਉਹ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹ ਮੁੱਦੇ ਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਨੇ। ਸੋ ਮੇਰਾ ਜਿੰਦੂ ਵੀਰ ਜੀ ਨੂੰ ਇਹ ਬੇਨਤੀ ਹੈ ਕਿ ਇਹੋ ਜਿਹੜੇ ਵਿਚਾਰ ਤੁਸੀਂ ਰੱਖ ਰਹੇ ਹੋ ਦੂਸਰੇ ਧਰਮ ਦੇ ਬਾਰੇ, ਇਹ ਆਪਣੀ ਆਈ ਡੀ ਤੋਂ ਦਿਆ ਕਰੋ, ਸਿੱਖ ਵੈਲਫੇਅਰ ਕੌਂਸਲ ਦੇ ਪੇਜ ਤੋਂ ਨਾ ਦਿਆ ਕਰੋ। ਸਿੱਖ ਵੈਲਫੇਅਰ ਦੇ ਪੇਜ ਤੋਂ ਤੁਸੀਂ ਇਹੋ ਜਿਹੀਆਂ ਹੋਛੀਆਂ ਰਾਜਨੀਤੀ ਵਾਲੀਆਂ ਗੱਲਾਂ ਕਰਦੇ ਹੋ, ਆਪਣੇ ਸਵਾਲਾਂ ਤੋਂ ਭੱਜਦੇ ਹੋ, ਮੀਡੀਆ 'ਤੇ ਡਿਬੇਟ ਤੋਂ ਭੱਜਦੇ ਹੋ, ਗੰਦ ਬਕਵਾਸ ਕਰਦੇ ਹੋ, ਅੰਮ੍ਰਿਤਧਾਰੀ ਬੰਦੇ ਨੂੰ ਗਾਲਾਂ ਕੱਢਦੇ ਹੋ। ਜਵਾਬ ਵੀਰ ਜੀ ਤੁਹਾਡੇ ਕੋਲ ਇਹ ਮੰਗਿਆ ਸੀਗਾ, ਅੱਜ ਤਾਂ ਤੁਸੀਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਉੱਤੇ ਵੀ ਗਲਤ ਟਿੱਪਣੀ ਕਰ ਦਿੱਤੀ ਹੈ, ਕਿਉਂ ਸਮਾਜ ਵਿੱਚ ਪਾੜ ਪਾਉਂਦੇ ਹੋ, ਐਸੀਆਂ ਟਿੱਪਣੀਆਂ ਕਿਉਂ ਕਰਦੇ ਹੋ? ਸੋ ਮੈਂ ਇਹੀ ਬੇਨਤੀ ਕਰਾਂਗਾ ਆਪ ਜੀ ਨੂੰ ਕਿ ਤੁਸੀਂ ਸਿੱਖ ਵੈਲਫੇਅਰ ਕੌਂਸਲ ਦੇ ਪੇਜ ਤੋਂ ਸਿਰਫ ਸੇਵਾ ਦੀ ਗੱਲ ਕਰਿਆ ਕਰੋ, ਰਾਜਨੀਤੀ ਵਾਲੀ ਗੱਲ ਨਾ ਕਰਿਆ ਕਰੋ। ਹਿੰਦੂ ਸਿੱਖ ਪਹਿਲੇ ਵੀ ਇਕੱਠੇ ਸੀ, ਹੁਣ ਵੀ ਇਕੱਠੇ ਹੈ, ਅੱਗੇ ਵੀ ਇਕੱਠੇ ਰਹਿਣਗੇ। ਅਗਲੇ ਵਿਚਾਰ ਤੁਹਾਨੂੰ ਸਾਡੇ ਛੋਟੇ ਵੀਰ ਪ੍ਰਿੰਸ ਜੀ ਦੱਸਣਗੇ ਜੀ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਪਰਵਿੰਦਰ ਵੀਰ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਜਿਹੜੇ ਵੀ ਵਿਚਾਰ ਤੁਹਾਡੇ ਨਿੱਜੀ ਵਿਚਾਰ ਤੁਸੀਂ ਦੇਣੇ ਆ ਉਹ ਤੁਸੀਂ ਆਪਣੇ ਪਰਸਨਲ ਪੇਜ ਤੋਂ ਦਿਓ ਬਲਜਿੰਦਰ ਸਿੰਘ ਜਿੰਦੂ ਜੀ, ਕਿਉਂਕਿ ਜਿਹੜਾ ਸਿੱਖ ਵੈਲਫੇਅਰ ਕੌਂਸਲ ਦਾ ਪੇਜ ਆ ਇਹ ਇੱਕ ਸਿੱਖਾਂ ਦੀ ਆਇਡੈਂਟੀ ਨੂੰ ਰਿਪ੍ਰਜੈਂਟੇਟਿਵ ਕਰਦਾ, ਇੱਕ ਸਿੱਖਾਂ ਦੀ ਆਇਡੈਂਟੀ ਦੱਸਦਾ ਵੀ ਇਸ ਪੇਜ ਤੋਂ ਜਿਹੜਾ ਵੀ ਕਾਰਜ ਕੀਤਾ ਜਾਂਦਾ ਉਹ ਸਿੱਖਾਂ ਦੇ ਹਿੱਤ 'ਚ ਅਤੇ ਸਿੱਖਾਂ ਵੱਲੋਂ ਕੀਤਾ ਜਾਂਦਾ। ਸੋ ਤੁਹਾਨੂੰ ਬੇਨਤੀ ਆ ਜੇ ਕੋਈ ਵੀ ਤੁਸੀਂ ਇੱਦਾਂ ਦੀ ਹੋਛੀ ਹਰਕਤ ਕਰਨੀ ਆ ਤਾਂ ਆਪਣੇ ਨਿੱਜੀ ਜਿਹੜਾ ਅਕਾਊਂਟ ਆ ਫੇਸਬੁੱਕ ਦਾ ਉਹਦੇ ਤੋਂ ਕਰਿਆ ਕਰੋ, ਕਿਉਂਕਿ ਤੁਸੀਂ ਕੱਲ੍ਹ ਜਿਹੜਾ ਲਾਈਵ ਪਾਇਆ ਉਹਦੇ ਵਿੱਚ ਬਹੁਤ ਹੀ ਛੋਟੀ ਹਰਕਤ ਅਤੇ ਛੋਟੀ ਮਾਨਸਿਕਤਾ ਵਾਲੀ ਗੱਲ ਕੀਤੀ ਆ। ਆਪਾਂ ਕਿਉਂ ਕਿਸੇ ਧਰਮ ਨੂੰ ਟਾਰਗੇਟ ਕਰ ਰਹੇ ਹਾਂ, ਆਪਾਂ ਕਿਉਂ ਕਿਸੇ ਦੂਜੇ ਵੀਰ ਨੂੰ ਟਾਰਗੇਟ ਕਰ ਰਹੇ ਹਾਂ ਜਾਂ ਕਿਸੇ ਦੂਜੀ ਕਮਿਊਨਿਟੀ ਨੂੰ ਹਮੇਸ਼ਾ ਟਾਰਗੇਟ ਕਰਦੇ ਹਾਂ? ਗੁਰੂ ਨਾਨਕ ਮੋਦੀਖਾਨੇ ਦੀ ਟੀਮ ਵਿੱਚ ਸਿੱਖ ਭਾਈਆਂ ਨੇ ਵੀ, ਹਿੰਦੂ ਭਾਈਚਾਰੇ ਨੇ ਵੀ, ਮੁਸਲਮਾਨ ਭਾਈਚਾਰਾ ਵੀ ਆ ਕੇ ਉੱਥੇ ਸੇਵਾ ਕਰਕੇ ਗਿਆ। ਜਿਹਦੀ ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ, ਸਾਡਾ ਛੋਟਾ ਵੀਰ ਸੈਮੂਅਲ ਜਿਹੜਾ ਕ੍ਰਿਸਚਨ ਭਾਈਚਾਰੇ 'ਚੋਂ ਆ ਉਹ ਵੀ ਗੁਰੂ ਨਾਨਕ ਮੋਦੀਖਾਨੇ ਲਈ ਦਿਨ ਰਾਤ ਇੱਕ ਸੇਵਾ ਕਰਦਾ ਰਿਹਾ। ਉਸ ਤੋਂ ਬਾਅਦ ਖਾਨ ਸਾਹਿਬ ਜਿਹੜਾ ਪੰਜਾਬ ਦਾ ਅਵਾਮ ਆ ਬਹੁਤ ਜ਼ਿਆਦਾ ਪਿਆਰ ਕਰਦਾ ਸਾਡੇ ਛੋਟੇ ਭਰਾ ਨੂੰ, ਉਹਨਾਂ ਨੇ ਵੀ ਦਿਨ ਰਾਤ ਇੱਕ ਕੀਤਾ, ਗੁਰੂ ਨਾਨਕ ਮੋਦੀਖਾਨੇ ਦੀ ਪ੍ਰਮੋਸ਼ਨ ਕੀਤੀ ਆ, ਗੁਰੂ ਸਾਹਿਬ ਦੇ ਨਾਮ 'ਤੇ ਆ ਕੇ ਉੱਥੇ ਸੇਵਾ ਕੀਤੀ ਆ। ਸਿੱਖਾਂ ਦੀ ਗੱਲ ਕਰਾਂ ਤਾਂ ਸਾਡੀ ਬਹੁਤ ਸਾਰੀ ਸਮੁੱਚੀ ਟੀਮ ਜਿਹੜੀ ਆ ਉਹ ਸਿੱਖ ਵੀਰਾਂ ਦੀ ਉੱਥੇ ਸੇਵਾ ਕਰਦੀ ਰਹੀ ਆ। ਜਦੋਂ ਤੁਸੀਂ ਗੱਲ ਕਰਦੇ ਹੋ ਸਨਾਤਨ ਮਤ ਦੀ, ਜਿੰਨੇ ਉੱਥੇ ਸਿੱਖ ਵੀਰ ਸੇਵਾ ਕਰਦੇ ਸੀ ਉੱਦਾਂ ਹੀ ਪ੍ਰਿੰਸ ਵੀਰ ਸਾਡਾ, ਸੰਦੀਪ ਵੀਰ ਸਾਡਾ, ਹੋਰ ਵੀ ਬਹੁਤ ਸਾਰੇ ਵੀਰ, ਅਜੇ ਵੀਰ ਸਾਡਾ ਜਿਹੜੇ ਸ਼ਾਮ ਨੂੰ ਚਾਹ ਪਾਣੀ ਦੀ ਸੇਵਾ ਕਰਦੇ ਰਹੇ ਆ,
ਜਾਂ ਹੋਰ ਜਿੱਦਾਂ ਦੀ ਵੀ ਸੇਵਾ ਦੀ ਲੋੜ ਹੁੰਦੀ ਸੀ ਜਾਂ ਝਾੜੂਦਾਰੀ ਦੀ ਲੋੜ ਹੁੰਦੀ ਸੀ, ਗੁਰੂ ਨਾਨਕ ਮੋਦੀ ਖਾਨੇ ਉਹ ਸਾਰੀ ਸੇਵਾ ਕਰਦੇ ਰਹੇ ਆ। ਸੋ ਤੁਹਾਡੇ ਵੱਲੋਂ ਬਹੁਤ ਹੀ ਛੋਟੀ ਮਾਨਸਿਕਤਾ ਦੇ ਦਿਖਾਉਂਦੇ ਹੋਏ ਜਿਹੜੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਬਾਰੇ ਗਲਤ ਟਿੱਪਣੀ ਕੀਤੀ ਗਈ ਆ, ਤੁਹਾਡੇ ਵੱਲੋਂ ਇੱਥੇ ਹਵਾਲਾ ਦਿੱਤਾ ਗਿਆ ਵੀ ਮੈਂ ਫੇਸਬੁੱਕ ਤੋਂ ਯੂਟਿਊਬ ਤੋਂ ਇਹ ਚੀਜ਼ਾਂ ਦੇਖੀਆਂ ਨੇ, ਤੁਸੀਂ ਦਿਖਾਓ ਕਿਹੜੀ ਯੂਟਿਊਬ 'ਤੇ ਇਹ ਗੱਲ ਕਹੀ ਗਈ ਆ ਵੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਸੀਤਾ ਮਾਤਾ 'ਤੇ ਸ਼ੱਕ ਕਰਦੇ ਸੀ। ਤੁਸੀਂ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ, ਅਸਲ ਸਵਾਲਾਂ ਤੋਂ ਜਿਹੜਾ ਮੁੱਦਾ ਭਟਕਾਉਣ ਲਈ ਇਸ ਮੁੱਦੇ ਨੂੰ ਡਿਵਰਟ ਨਾ ਕਰੋ। ਪੰਜਾਬ ਦਾ ਜਿਹੜਾ ਆਵਾਮ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਮੁਸਲਮਾਨ ਆ ਅਤੇ ਚਾਹੇ ਉਹ ਕ੍ਰਿਸਚਨ ਆ, ਪਹਿਲਾਂ ਸਾਰੇ ਅਸੀਂ ਪੰਜਾਬੀ ਹਾਂ, ਪਹਿਲਾਂ ਸਾਡੇ ਵਿੱਚ ਸਾਰੀ ਪੰਜਾਬੀਅਤ ਆ, ਫਿਰ ਅਸੀਂ ਕਿਸੇ ਧਰਮ ਜਾਂ ਜਾਤ ਦੇ ਵਿੱਚ ਵੰਡੇ ਹੋਏ ਹਾਂ। ਸੋ ਤੁਹਾਨੂੰ ਬੇਨਤੀ ਆ, ਜਿਹੜੀ ਤੁਹਾਡੀ ਇਹ ਹੋਛੀ ਰਾਜਨੀਤੀ ਆ, ਇਹਨੂੰ ਸਿਰਫ ਆਪਣੇ ਘਰ ਤੱਕ ਜਾਂ ਆਪਣੀ ਪਰਸਨਲ ਹਿੱਤਾਂ ਲਈ ਰੱਖਣਾ ਵਾ ਤਾਂ ਇਹਨੂੰ ਆਪਣੀ ਪਰਸਨਲ ਆਈ ਡੀ ਤੋਂ ਚਲਾਓ, ਕਿਉਂਕਿ ਸਿੱਖ ਵੈਲਫੇਅਰ ਕੌਂਸਲ ਜਿਹੜੀ ਇੱਕ ਐਨ ਜੀ ਓ ਸੀ, ਅਸੀਂ ਵੀ ਉਸ ਐਨ ਜੀ ਓ ਦਾ ਮੈਂਬਰ ਜਾਂ ਉਸ ਐਨ ਜੀ ਓ ਦਾ ਹਿੱਸਾ ਰਹਿ ਚੁੱਕੇ ਹਾਂ। ਤੁਹਾਨੂੰ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਆ, ਇੱਦਾਂ ਦੀ ਕੋਈ ਵੀ ਹੋਛੀ ਹਰਕਤ ਆ ਜਿਹੜੀ ਤੁਸੀਂ ਆਪਣੀ ਪਰਸਨਲ ਆਈ ਡੀ ਤੋਂ ਕਰਿਆ ਕਰੋ, ਕਿਉਂਕਿ ਜਿਹੜੀ ਸਿੱਖ ਵੈਲਫੇਅਰ ਕੌਂਸਲ ਦੀ ਇੱਕ ਨਾਮ ਗੁਰੂ ਨਾਨਕ ਮੋਦੀ ਖਾਨੇ ਦੇ ਨਾਂ 'ਤੇ ਤੁਹਾਨੂੰ ਫੇਮ ਮਿਲ ਗਿਆ ਹੋਇਆ ਵਾ, ਇਹ ਸਾਰੀ ਆਪਣੀ ਆਇਡੈਂਟੀ ਆ ਜਿਹੜੀ ਆਪਾਂ ਲੋਕਾਂ ਦੇ ਅੱਗੇ ਕੀ ਮੈਸੇਜ ਰੱਖਣਾ ਚਾਹੁੰਦੇ ਹਾਂ ਇੱਦਾਂ ਦੀਆਂ ਭੱਦਰ ਘਟਨਾਵਾਂ ਨਾਲ, ਇੱਦਾਂ ਦੀ ਭੱਦਰ ਸ਼ਬਦਾਵਲੀ ਨਾਲ। ਸੋ ਮੈਂ ਹਿੰਦੂ ਵੀਰਾਂ ਨੂੰ ਇੱਥੇ ਕਹਿਣਾ ਚਾਹੂੰਗਾ, ਜਿੱਥੇ ਜਿੱਥੇ ਵੀ ਤੁਹਾਨੂੰ ਲੋੜ ਪਊਗੀ ਪੂਰਾ ਸਿੱਖ ਸਮਾਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ। ਇੱਦਾਂ ਦੇ ਜਿੱਦਾਂ ਦੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਵੰਡੀਆਂ ਪਾਉਂਦੇ ਨੇ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ, ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ, ਉਹਨਾਂ ਨੂੰ ਕਰਾਰੀ ਚੋਟ ਕਰਨੀ ਚਾਹੀਦੀ ਆਪਾਂ ਨੂੰ। ਸੋ ਅਗਲੀ ਤੁਹਾਨੂੰ ਜੋ ਵੀ ਵੀਰ ਆ ਆਪਣਾ ਝੰਡੋਕ ਵੀਰ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਊਗਾ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਰਵਿੰਦਰ ਵੀਰੇ ਨੇ ਅਤੇ ਪ੍ਰਿੰਸ ਵੀਰੇ ਨੇ ਸਾਰਾ ਦੱਸ ਦਿੱਤਾ ਵੀ ਮੈਂ ਕੱਲ੍ਹ ਇੱਕ ਵੀਡੀਓ ਵੀ ਕੀਤੀ ਸੀਗੀ ਜਿਸ ਵਿੱਚ ਆਪਣੇ ਵੱਲੋਂ ਇੱਕ ਬੇਨਤੀ ਕੀਤੀ ਸੀਗੀ ਵੀ ਜਿੰਦੂ ਜੀ ਤੁਸੀਂ ਆਪਣੇ ਆਪ ਨੂੰ ਬੜੇ ਸਿਆਣੀ ਬੜੇ ਗੁਣੀ ਗਿਆਨੀ ਸਮਝਦੇ ਹੋ, ਤੁਸੀਂ ਹਰ ਵਾਰੀ ਗੁਰਬਾਣੀ ਦੀਆਂ ਤੁੱਕਾਂ ਦਾ ਆਪਣੀ ਗੱਲ ਰੱਖਦੇ ਹੋ, ਠੀਕ ਹੈ, ਆਪਣੀ ਗੱਲ ਨੂੰ ਗੁਰਬਾਣੀ ਦੇ ਤੁੱਕਾਂ ਨਾਲ ਕਰਦੇ ਹੋ, ਰੀਪ੍ਰਜੈਂਟ ਕਰਦੇ ਹੋ, ਲੇਕਿਨ ਜਿਹੜੀ ਕੱਲ੍ਹ ਤੁਸੀਂ ਹੋਛੀ ਹਰਕਤ ਕੀਤੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ, ਤੁਸੀਂ ਕਿਸੇ ਦੇ ਧਰਮ ਬਾਰੇ ਮੈਂ ਤਾਂ ਹੈਰਾਨ ਹਾਂ ਵੀ ਤੁਸੀਂ ਲਾਈਵ 'ਤੇ ਤੁਹਾਡੇ ਨਾਲ ਸੰਗਤ ਜੁੜਦੀ ਹੈ, ਤੁਸੀਂ ਲਾਈਵ 'ਤੇ ਐਡੀ ਵੱਡੀ ਗੱਲ ਕਿੱਦਾਂ ਕਹਿ ਸਕਦੇ ਹੋ, ਕਿਉਂਕਿ ਤੁਸੀਂ ਤਾਂ ਇਹ 84 ਵਾਲਾ ਮਾਹੌਲ ਦੁਬਾਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ 84 ਅਸੀਂ ਪਹਿਲਾਂ ਨਹੀਂ ਭੁੱਲੇ, ਹੁਣ ਦੁਬਾਰਾ ਤੁਸੀਂ ਐਡੇ ਵੱਡੀ ਟਿੱਪਣੀ ਕਰਕੇ। ਮੈਂ ਅੱਜ ਬਹੁਤ ਸਾਰੀਆਂ ਪੋਸਟਾਂ ਦੇਖੀਆਂ ਜਿਹੜੇ ਹਿੰਦੂ ਭਰਾਵਾਂ ਨੇ ਸਾਡੇ ਭੈਣਾਂ ਨੇ ਤੁਹਾਡੇ ਬਾਰੇ ਕਹੀਆਂ, ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਬਾਰੇ ਕੁਛ ਗਲਤ ਨਹੀਂ ਬੋਲੇ ਹਾਲੇ ਤੱਕ ਕੁਛ ਗਲਤ ਨਹੀਂ ਬੋਲੇ, ਜੇ ਉਹਨਾਂ ਦੀ ਜਗ੍ਹਾ ਮੈਂ ਹੁੰਦਾ ਪਤਾ ਨਹੀਂ ਕੀ ਤੁਹਾਡੇ ਕੀ ਕੁਛ ਕਰ ਦਿੰਦਾ, ਕਿਉਂਕਿ ਕੱਲ੍ਹ ਦਾ ਮੈਂ ਇੰਨਾ ਕੁ ਭਰਿਆ ਹੋਇਆ ਕਹਿਣ ਦੀ ਹੱਦ ਨਹੀਂ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਤੁਹਾਡੀ ਇੰਨਾ ਗਲਤ ਸ਼ਬਦਾਵਲੀ ਨਾਲ, ਔਰ ਜਿਹੜੀ ਤੁਹਾਡੀ ਨੀਵੀਂ ਸੋਚ ਹੈ ਜਿਹੜੀ ਤੁਸੀਂ ਉਜਾਗਰ ਕੀਤੀ ਹੈ ਉਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਕਗਾਰ 'ਤੇ ਹੈ, ਕਿਉਂਕਿ ਅਸੀਂ ਪਹਿਲਾਂ ਹੀ ਇੱਕ ਬਹੁਤ ਵੱਡੀ ਮਹਾਂਮਾਰੀ ਨਾਲ ਗੁਜ਼ਰ ਰਹੇ ਹਾਂ, ਮਹਾਂਮਾਰੀ ਤੋਂ ਗੁਜ਼ਰ ਰਹੇ ਹਾਂ। ਤਾਂ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਦਾਂ ਦੀ ਆਪਣੀ ਹੋਛੀ ਕਰਕੇ ਦੁਬਾਰਾ ਨਾ ਕਰੋ ਅਤੇ ਨਾ ਹੀ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰੋ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖੀ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖੀ ਸਿਧਾਂਤਾਂ ਦੀ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸਾਨੂੰ ਇੱਕ ਦਾ ਹੋਕਾ ਦਿੰਦੇ ਆ। ਸਭ ਤੋਂ ਪਹਿਲਾਂ ਅਸੀਂ ਸਮੁੱਚੀ ਮਾਨਵਤਾ ਜਿਹੜੀ ਇੱਕ ਹਾਂ ਸੀ, ਫਿਰ ਆਪਾਂ ਕਿਵੇਂ ਕਿਸੇ ਦੀ ਜਾਤ ਦੇ ਆਧਾਰ 'ਤੇ ਕਿਵੇਂ ਕਿਸੇ ਦੇ ਧਰਮ ਦੇ ਆਧਾਰ 'ਤੇ ਵਖਰੇਵਾਂ ਪਾ ਸਕਦੇ ਹਾਂ, ਕੋਈ ਇਹਦੇ 'ਚ ਸ਼ੱਕ ਨਹੀਂ। ਸਿੱਖ ਇੱਕ ਵਿਲੱਖਣ ਕੌਮ ਆ ਅਤੇ ਇੱਕ ਵਿਲੱਖਣ ਕੌਮ ਹੀ ਰਹੂਗੀ, ਪਰ ਜਦੋਂ ਸਮਾਜਿਕ ਕੰਮਾਂ ਦਾ ਗੱਲ ਸਮਾਜਿਕ ਗੱਲਾਂ ਦੀ ਗੱਲ ਆਉਂਦੀ ਆ, ਸਮਾਜਿਕ ਤੌਰ 'ਤੇ ਵਿਚਰਨ ਦੀ ਗੱਲ ਆਉਂਦੀ ਆ, ਉਦੋਂ ਸਾਰੇ ਅਸੀਂ ਇੱਕ ਹਾਂ। ਜਦੋਂ ਧਰਮਾਂ ਦੀ ਗੱਲ ਆਉਂਦੀ ਆ ਉਦੋਂ ਸਾਰੇ ਅਸੀਂ ਇੱਕ ਹਾਂ। ਹਿੰਦੂ ਵੀਰ ਗੁਰਦੁਆਰੇ ਜਾਂਦੇ ਆ, ਸਿੱਖ ਵੀਰ ਮੰਦਰਾਂ 'ਚ ਵੀ ਜਾਂਦੇ ਨੇ, ਸਾਨੂੰ ਕਿਸੇ ਗੱਲ ਨਾਲ ਕੋਈ ਪ੍ਰੋਬਲਮ ਨਹੀਂ। ਜਿਹਦਾ ਜਿੱਥੇ ਜੀ ਕਰਦਾ, ਜਿਹਨੂੰ ਮੰਨੇ ਕਿਸੇ ਨੂੰ ਮੰਨੇ ਕਿਸੇ ਨੂੰ ਨਾ ਮੰਨੇ, ਪਰ ਜਿਹੜੀਆਂ ਤੁਸੀਂ ਇੱਦਾਂ ਦੀਆਂ ਹੋਛੀਆਂ ਹਰਕਤਾਂ ਨੇ, ਆਪਣੀ ਨੀਵੀਂ ਮਾਨਸਿਕਤਾ ਵਾ, ਤੁਹਾਡੀ ਇਸ ਨੀਵੀਂ ਮਾਨਸਿਕਤਾ ਕਰਕੇ ਹੀ ਗੁਰੂ ਨਾਨਕ ਮੋਦੀ ਖਾਨੇ ਦਾ ਨਾਮ ਵੀ ਸਮੁੱਚੇ ਸੰਸਾਰ ਵਿੱਚ ਅੱਜ ਬਦਨਾਮ ਹੋ ਰਿਹਾ। ਤੁਸੀਂ ਜੇ ਪਹਿਲਾਂ ਤੋਂ ਹੀ ਇੱਕ ਸਿਸਟਮੈਟਿਕ ਵੇ ਨਾਲ ਕੰਮ ਕਰਦੇ, ਆਪਣੀ ਵਿਚਾਰਧਾਰਾ ਨੂੰ, ਆਪਣੀ ਸੋਚ ਨੂੰ ਗੁਰੂ ਨਾਨਕ ਸਾਹਿਬ ਦੇ ਆਧਾਰ 'ਤੇ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਆਧਾਰ 'ਤੇ ਚਲਾਉਂਦੇ ਤਾਂ ਸਾਨੂੰ ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਸੋ ਮੈਂ ਆਪ ਸਭ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ, ਤਾਂ ਕਿ ਜੋ ਵੀ ਹਿੰਦੂ ਭਰਾ ਨੇ ਜਿਨ੍ਹਾਂ ਦੇ ਮਨ ਦੇ ਉੱਤੇ ਚੋਟ ਹੋਈ ਆ, ਜਿਨ੍ਹਾਂ ਦੇ ਹਿਰਦੇ ਵਲੁੰਦਰੇ ਗਏ ਨੇ, ਉਹਨਾਂ ਨੂੰ ਅਹਿਸਾਸ ਹੋ ਸਕੇ ਵੀ ਸਾਡੇ ਸਿੱਖ ਭਰਾ ਨੇ 24 ਘੰਟੇ ਤੁਹਾਡੇ ਨਾਲ ਨੇ, ਜਦੋਂ ਸਾਨੂੰ ਆਵਾਜ਼ ਮਾਰੋਗੇ ਅਸੀਂ ਉਦੋਂ ਹੀ ਤੁਹਾਡੇ ਨਾਲ ਆ ਹਿੰਦੂ ਵੀਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।